ਤਾਂ ਦੋਸਤੋ ਜਦੋਂ ਸ਼ਾਰਪੀ ਕੋਮਨ ਅਰੈਸਟ ਕੀਤਾ ਗਿਆ ਪੁਲਿਸ ਵੱਲੋਂ ਤਾਂ ਉਸ ਦੀਆਂ ਕੁਝ ਕੁ ਫੋਟਾਂ ਕਰਨ ਔਜਲਾ ਦੇ ਨਾਲ ਵਾਇਰਲ ਹੋਣ ਲੱਗ ਗਈਆਂ ਪੁਰਾਣੀਆਂ ਜਿਸ ਦੇ ਕਾਰਨ ਮੀਡੀਆ ਵਾਲੇ ਕਰਨ ਔਜਲਾ ਦਾ ਨਾਮ ਜੋੜ ਕੇ ਉਸ ਦੇ ਨਾਲ ਪਾਉਣ ਲੱਗੇ ਕਿ ਕਰਨ ਔਜਲਾ ਦਾ ਸਾਥੀ ਗ੍ਰਿਫਤਾਰ ਹੋ ਚੁੱਕਿਆ ਹੈ ਅਤੇ ਇਸ ਚੀਜ਼ ਦੇ ਉੱਪਰ ਕਰਨ ਔਜਲਾ ਨੇ ਹੁਣ ਇੱਕ ਸਟੋਰੀ ਪਾ ਕੇ ਲਿਖਿਆ ਹੈ ਮੀਡੀਆ ਦੇ ਮੈਂਬਰ ਤੇ ਭਰਾ ਪੈਣ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਕੁਝ ਕੁ ਗੱਲਾਂ ਕਹਿਣੀਆਂ ਜਿਹੜੀਆਂ ਮੈਂ ਜ਼ਰੂਰੀ ਸਮਝਦਾ ਐਸ ਟਾਈਮ ਕਹਿਣੀਆਂ ਕਿਉਂਕਿ ਕਈ ਗੱਲਾਂ ਟਾਈਮ ਤੇ ਹੀ ਕਲੀਅਰ ਕਰ ਦੇਣੀਆਂ ਚਾਹੀਦੀਆਂ ਨੇ ਪਹਿਲਾ ਜਿਹੜੀ ਵੀਡੀਓ ਆਈ ਮੈਂ ਉਹਦੇ ਬਾਰੇ ਵੀ ਕਲੀਅਰਿਫਿਕੇਸ਼ਨ ਦਿੱਤੀ ਜਿੰਨੀ ਹੋ ਸਕੀ ਤੇ ਕੱਲ ਆ ਵੀਡੀਓ ਦੇਖੀ ਵੀ ਕਰਨ ਔਜਲਾ ਦਾ ਫਰੈਂਡ ਅਰੈਸਟਡ ਯਾਰ ਮੈਨੂੰ ਇੱਕ ਗੱਲ ਦੱਸੋ ਮੀਡੀਆ ਵਾਲੇ ਵੀ ਜੇ ਮੇਰਾ ਕੋਈ ਫਰੈਂਡ ਸੀ ਜਾਂ ਹੈ ਜੋ ਉਹਨੇ ਕੀਤਾ ਉਸ ਦਾ ਹਰਜਾਨਾ ਉਹ ਭਰ ਰਿਆ ਮੇਰਾ ਨਾਮ ਨਾਲ ਕਿਉਂ ਹਰ ਵਾਰ ਮੈਂ ਕੀ ਕੀਤਾ ਆ ਸਾਰਿਆਂ ਦਾ ਇਕੱਲਾ ਫਰੈਂਡ ਮੈਂ ਹੀ ਆ ਮੇਰੀ ਸ਼ਾਇਦ ਉਹ ਬੰਦੇ ਨਾਲ ਪਿਛਲੇ 2 ਸਾਲ ਤੋਂ ਗੱਲ ਵੀ ਨਾ ਹੋਈ ਹੋਵੇ ਤੇ ਜੇ ਮੈਂ ਪਹਿਲਾਂ ਜਾਣਦਾ ਵੀ ਸੀ ਕਿ ਤਾਂ ਕੋਈ ਪੁੱਛ ਕੇ ਆਪਣੀ ਲਾਈਫ ਦੇ ਗੁੱਡ ਬੈਡ ਡਿਸੀਜਨਸ ਲੈਂਦਾ ਮੈਂ ਕੱਲਾ ਨਹੀਂ ਜੀਤੀਆਂ ਫੋਟੋਜ਼ ਜਾਂ ਵੀਡੀਓਜ਼ ਨੇ ਕਿਸੇ ਨਾਲ ਹੋਰ ਬਹੁਤ ਇੰਡਸਟਰੀ ਦੇ ਬੰਦੇ ਆ ਤੇ ਸਾਰਿਆਂ ਦਾ ਇਹੀ ਕਸੂਰ ਆ ਵੀ ਉਹ ਪੰਜਾਬ ਲਈ ਕੰਮ ਕਰ ਰਿਹਾ ਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਿਹਾ ਆਪਣੇ ਕੰਮ ਦੇ ਜ਼ਰੀਏ ਤੇ ਜਦ ਕੋਈ ਲੰਡੂ ਜਿਹਾ ਚੈਨਲ ਖਬਰ ਲਾਉਂਦਾ ਵੀ ਕਰਨ ਔਜਲਾ ਦਾ ਸਾਥੀ ਗ੍ਰਿਫਤਾਰ ਮੈਨੂੰ ਇਹ ਦੱਸੋ ਵੀ ਜਿਹੜਾ ਗ੍ਰਿਫਤਾਰ ਹੋਇਆ ਉਹਦਾ ਕੋਈ ਨਾਮ ਹੈ ਨਹੀਂ ਮੇਰਾ ਨਾਮ ਨਾਲ ਨਾ ਜੋੜੋ ਕਿਸੇ ਵੀ ਚੀਜ਼ ਦੇ ਮੈਂ ਆਪਣਾ ਕੰਮ ਕਰ ਰਿਹਾ ਤੇ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ ਚਾਰ ਵਾਰੀ ਐਕਸਟਰੂਸ਼ਨ ਦਾ ਸ਼ਿ ਪੰਜ ਵਾਰ ਮੇਰੇ ਘਰ ਉੱਪਰ ਫਾਇਰਿੰਗ ਹੋਈ ਕਦੇ ਇਸ ਬਾਰੇ ਤਾਂ ਕਿਸੇ ਚੈਨਲ ਨੇ ਸੈਂਪਤੀ ਖਬਰ ਨਹੀਂ ਚਲਾਈ ਕਿ ਇਹਨਾਂ ਨਾਲ ਗਲਤ ਹੋ ਰਿਹਾ ਸੋ ਮੀਡੀਆ ਵਾਲੇ ਨੂੰ ਬੇਨਤੀ ਆ ਵੀ ਅੱਜ ਤੋਂ ਜੇ ਕੋਈ ਬਿਨਾ ਇਨਫੋਰਮੇਸ਼ਨ ਇਕੱਠੀ ਕਰੇ ਜਾਂ ਬਿਨਾ ਕਿਸੇ ਪ੍ਰੂਫ ਤੋਂ ਮੇਰਾ ਨਾਮ ਧੱਕੇ ਨਾਲ ਡੀਫੇਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੈਂ ਸਿੱਧਾ ਲੀਗਲ ਐਕਸ਼ਨ ਲਵਾਂਗਾ ਮੇਰੀ ਲੀਗਲ ਟੀਮ ਆਲਰੇਡੀ ਇਸ ਚੀਜ਼ ਤੇ ਕੰਮ ਕਰ ਰਹੀ ਹੈ ਇੱਕ ਗੱਲ ਜਰੂਰ ਸਮਝਾ ਚੁੱਕੀ ਆ ਵੀ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਆ ਆਪਣੇ ਆਪ ਨੂੰ ਪ੍ਰੂਫ ਕਰਨ ਲਈ ਇਹ ਹੀ ਸੱਚਾਈ ਆ ਤੁਸੀਂ ਵੀ ਸਾਰੇ ਗਏ ਤੋਂ ਹੀ ਮੁੱਲ ਪਾਉਂਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਤਾਂ ਦੋਸਤੋ ਇਹ ਗੱਲ ਸ ਸ਼ੋਅ ਲਗਾਉਣ ਦੇ ਕਾਰਨ ਲੋਕੀ ਮੰਦਾ ਚੰਗਾ ਆਖਰੇ ਸਾਰ ਤੇ ਮੈਂ ਤਾਂ ਇਸ ਦੁਨੀਆਦਾਰੀ ਨੂੰ ਸਮਝ ਚੁੱਕਿਆ ਕਿ ਲੋਕੋ ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ ਲੋਕਾਂ ਨੂੰ ਇਹ ਦਿਖਾਉਣ ਖਾਤਰ ਵੀ ਮੇਰੀ ਕੀਮਤ ਕੀ ਸੀ ਆ ਤੇ ਇਸ ਸਟੋਰੀ ਤੋਂ ਬਾਅਦ ਕਰਨੋਜ਼ਲਾ ਨੇ ਇੱਕ ਹੋਰ ਸਟੋਰੀ ਪੋਸਟ ਕੀਤੀ ਜਿਸ ਵਿੱਚ ਉਹ 뮤직 ਪ੍ਰੋਡਿਊਸਰ 21 ਦੇ ਨਾਲ ਬੈਠਾ ਦਿਖਾਈ ਦੇ ਰਿਹਾ ਤੇ ਜਿਸ ਦੇ ਉੱਪਰ ਲਿਖਿਆ ਗਿਆ ਹੈ ਕਿ 21 ਇਹਨਾਂ ਨੇ ਤਾਂ ਬੋਲੀ ਜਾਣਾ ਤੂੰ ਬੀਟ ਲਾ ਐਲਬਮ ਛੱਡੀ